ਹਾਂ ਸਹੀ ਗੱਲ ਹੈ। ਲਓ ਜੀ ਲਓ, ਜਿੱਥੇ ਜਿੱਥੇ ਅਸੀਂ ਘੁੰਮਾਂਗੇ ਉੱਥੇ ਉੱਥੇ ਤੁਹਾਨੂੰ ਘੁੰਮਾਵਾਂਗੇ, ਠੀਕ ਹੈ। ਅਤੇ ਅਸੀਂ ਘੁੰਮਣ ਗਏ ਸੀ ਇਸ ਤਰ੍ਹਾਂ ਹੀ, ਬਸ ਐਕਟਿਵਾ ਦਾ ਸਫ਼ਰ ਕਰਨ ਗਏ ਸੀ, ਹੈ ਨਾ। ਸ਼ਾਮ ਨੂੰ ਗਏ ਸੀ, ਅੱਜ ਸ਼ਾਮ ਦੀ ਵੀਡੀਓ ਹੈ ਇਹ। ਅਤੇ ਆਉਂਦੇ ਆਉਂਦੇ ਭਾਈ ਰਾਤ ਹੋ ਗਈ, ਗਏ ਤਾਂ ਰਾਤ ਨੂੰ ਹੀ ਸੀਗੇ, ਹਨੇਰਾ ਤਾਂ ਹੋ ਹੀ ਗਿਆ ਸੀਗਾ, ਹੈ ਨਾ। ਬਸ ਇਸ ਤਰ੍ਹਾਂ ਹੀ ਰਾਊਂਡ ਮਾਰਨ ਚਲੇ ਗਏ ਦੋਨੋਂ ਜਣੇ, ਹੈ ਨਾ। ਬੜਾ ਮਜ਼ਾ ਆਉਂਦਾ, ਅਤੇ ਰੌਣਕਾਂ ਜ਼ਰੂਰੀ ਨਹੀਂ ਹੁੰਦਾ ਮਾਰਕੀਟਾਂ ਦੇ ਵਿੱਚ ਵੜਨਾ, ਆਪਾਂ ਦੇਖਣੀਆਂ ਚੀਜ਼ਾਂ ਇਹ ਦੇਖਣੀ ਹੈ, ਉਹ ਦੇਖਣੀ ਹੈ ਨੱਕ। ਸਾਨੂੰ ਸਿਰਫ ਆਜ਼ਾਦੀ ਚਾਹੀਦੀ ਹੈ, ਹੈ ਨਾ, ਕਿ ਅਸੀਂ ਘੁੰਮੀਏ ਫਿਰੀਏ ਖੁੱਲ੍ਹੇ ਆਸਮਾਨ ਦੇ ਥੱਲੇ, ਵਾਹ 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 ਵਾਹ। ਬਸ ਇਸ ਤਰ੍ਹਾਂ ਹੀ ਗੇੜੀਆਂ ਮਾਰਨ ਦਾ ਸ਼ੌਂਕ ਹੈ ਮੇਰੇ ਹਸਬੈਂਡ ਨੂੰ ਔਰ ਮੈਨੂੰ, ਹੈ ਨਾ। ਜਾਂ ਫਿਰ ਅੱਛੇ ਅੱਛੇ ਖਾਣੇ ਖਾਣ ਦਾ ਸ਼ੌਂਕ ਹੈ, ਹੈ ਨਾ। ਅਤੇ ਉਹੀ ਚੀਜ਼ਾਂ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਹੈ ਨਾ। ਲਓ ਜੀ, ਚੰਡੀਗੜ੍ਹ ਦੀ ਰੌਣਕ, ਚੰਡੀਗੜ੍ਹ ਦਾ ਸ਼ਹਿਰ ਦੇਖ ਲਓ, ਹੈ ਨਾ। ਕਹਿੰਦੇ ਬਿਊਟੀਫੁੱਲ ਸਿਟੀ, ਅਤੇ ਬਿਊਟੀਫੁੱਲ ਸਿਟੀ ਨੂੰ ਹੋਰ ਵੀ ਬਿਊਟੀਫੁੱਲ ਬਣਾਇਆ ਜਾ ਰਿਹਾ, ਕਿਉਂਕਿ ਫੰਕਸ਼ਨ ਫੈਸਟੀਵਲ ਆ ਰਹੇ ਹੈਗੇ ਆ, ਹੈ ਨਾ। ਅਤੇ ਇੱਥੇ ਤਾਂ ਖੈਰ ਕੋਈ ਫੰਕਸ਼ਨ ਚੱਲ ਰਿਹਾ ਸੀਗਾ, ਅਤੇ ਲਾਈਟਿੰਗ ਕਾਫੀ ਸੀਗੀ, ਮੈਂ ਕਿਹਾ ਵੀਡੀਓ ਸ਼ੂਟ ਕਰ ਲੈਂਦੀ ਹਾਂ, ਹੈ ਨਾ। ਬਸ ਘਰ ਨੂੰ ਵਾਪਸ ਆ ਰਹੇ ਹਾਂ, ਅਤੇ ਬਾਕੀ ਜਿਹੜਾ ਅਸੀਂ ਕੁਛ ਸਵੇਰੇ ਕੰਮ ਕੁੰਮ ਕੀਤਾ ਘਰ ਦਾ, ਹੈ ਨਾ, ਤਾਂ ਉਹ ਤੁਹਾਨੂੰ ਦਿਖਾਉਣ ਲੱਗੇ ਹਾਂ। ਹੈਲੋ, ਵੈਲਕਮ ਹੈ ਜੀ ਤੁਹਾਡਾ ਸਾਰਿਆਂ ਦਾ, ਕਿਵੇਂ ਹੋ ਤੁਸੀਂ ਸਾਰੇ ਜਾਣੇ? ਗੁੱਡ ਮੋਰਨਿੰਗ, ਹੈ ਨਾ। ਅਤੇ ਗੁੱਡ ਮੋਰਨਿੰਗ ਦੇ ਵਿੱਚ ਤੁਹਾਨੂੰ ਕੀ ਦਿਖਾ ਰਹੇ ਹਾਂ ਭਾਈ, ਗੱਦੀਆਂ ਮੇਰੀਆਂ ਖਰਾਬ ਹੋ ਗਈਆਂ। ਪਤਾ ਕਿਉਂ ਹੋ ਗਈਆਂ? ਮੈਨੂੰ ਪਤਾ ਨਹੀਂ ਸੀਗਾ, ਦੀਵਾਨ 'ਤੇ ਪਈਆਂ ਸੀ ਨਾ, ਅਤੇ ਇਹਦੇ ਵਿੱਚ ਕੀ ਨਿਕਲ ਰਿਹਾ, ਮੈਂ ਕਿੰਨੇ ਦਿਨਾਂ ਤੋਂ ਸੋਚ ਰਹੀ ਸੀ। ਮੈਂ ਕਿਹਾ ਪਤੀ ਦੇਵ ਕੋਲ ਟਾਈਮ ਹੋਊਗਾ ਤਾਂ ਦੇਖਣਗੇ, ਹੈ ਨਾ, ਅਤੇ ਜੇ ਨਹੀਂ ਹੋਊਗਾ ਫਿਰ ਮੈਂ ਇਸ ਤਰ੍ਹਾਂ ਹੀ ਮਤਲਬ ਪਈਆਂ ਰਹਿਣ ਦੂੰਗੀ, ਹੈ ਨਾ। ਮੈਂ ਨਾ ਦੇਣ ਲੱਗੀ ਸੀਗੀ, ਮੈਂ ਕਿਹਾ ਇਸ ਤਰ੍ਹਾਂ ਹੀ ਦੇ ਦਿੰਦੀ ਹਾਂ, ਸ਼ਾਇਦ ਇਹ ਗੱਦੀਆਂ ਖਰਾਬ ਹੋ ਗਈਆਂ। ਅਤੇ ਦੀਵਾਨ 'ਤੇ ਨਾ ਵਾਈਟ ਵਾਈਟ ਕਲਰ ਦਾ ਕੁਛ ਇਹਦੇ ਵਿੱਚੋਂ ਨਿਕਲ ਰਿਹਾ ਸੀਗਾ, ਪਰ ਮੈਂ ਖੋਲ੍ਹਦੀ ਸੀ ਅਤੇ ਉਹ ਮਤਲਬ ਬੂਰਜਾ ਸੀ ਨਾ ਜਿਹੜਾ ਬਾਹਰ ਆ ਰਿਹਾ ਸੀਗਾ, ਅਤੇ ਮੈਨੂੰ ਇਹ ਨਹੀਂ ਪਤਾ ਚੱਲ ਰਿਹਾ ਸੀ ਗੱਦੀਆਂ ਹੀ ਖਰਾਬ ਹੋ ਗਈਆਂ ਕਿ ਇਹਦੇ ਕਵਰ ਖਰਾਬ ਹੋ ਗਏ। ਫਿਰ ਮੈਨੂੰ ਇਹਨਾਂ ਨੇ ਦੱਸਿਆ, ਮੈਨੂੰ ਕਹਿੰਦੇ ਇਹਦੇ ਕਵਰ ਖਰਾਬ ਹੈ, ਗੱਦੀਆਂ ਠੀਕ ਹੈ, ਗੱਦੀਆਂ ਝਾੜ ਕੇ ਰੱਖ ਲੈ ਅਤੇ ਕਵਰ ਸਿੱਟ ਦੇ। ਮੈਂ ਕਿਹਾ ਧੋ ਦਿੰਦੀ ਹਾਂ, ਲੈ ਜਾਣਗੇ, ਹੈ ਨਾ, ਇਹ ਬੂਰਜੇ ਦੁਬਾਰੇ ਚੜ੍ਹਾ ਲਵਾਂਗੇ। ਮੈਨੂੰ ਕਹਿੰਦੇ ਨਹੀਂ ਨਹੀਂ ਇਹ ਸਿੱਟ ਦੇ। ਮੈਂ ਕਿਹਾ ਚਲੋ ਠੀਕ ਹੈ, ਹੈ ਨਾ, ਪਰ ਮੈਨੂੰ ਤਾਂ ਇਹਨਾਂ ਚੀਜ਼ਾਂ ਦੀ ਨੌਲੇਜ ਬਿਲਕੁਲ ਨਹੀਂ ਹੈਗੀ। ਅੱਜ ਵੀ ਮੈਂ ਕਾਫੀ ਸਾਰੇ ਕੱਪੜੇ ਕੱਢੇ, ਮੈਂ ਤੁਹਾਨੂੰ ਦੱਸਾਂ, ਕੱਪੜੇ ਵੀ, ਬੈੱਡਸ਼ੀਟਾਂ ਵੀ, ਹੋਰ ਵੀ ਲਟਣ ਪਟਣ, ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਾਡੇ ਕੰਮ ਦੀਆਂ ਨਹੀਂ ਹੈਗੀਆਂ, ਉਹ ਮੈਂ ਦੂਸਰਿਆਂ ਨੂੰ ਦੇ ਦੂੰਗੀ ਜਿਨ੍ਹਾਂ ਨੂੰ ਉਸ ਦੀ ਲੋੜ ਹੈਗੀ ਹੈ, ਹੈ ਨਾ। ਅਤੇ ਉਹ ਵੀ ਇੱਕ ਦਿਨ ਜਾਵਾਂਗੇ, ਜਿਵੇਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਅਕਸਰ ਦੱਸਦੀ ਰਹਿੰਦੀ ਹਾਂ। ਅਤੇ ਲਓ ਜੀ, ਹੁਣ ਮੈਂ ਗੱਦੀਆਂ ਗੁੱਦੀਆਂ ਝਾੜ ਕੇ ਹੁਣ ਜਾਊਂਗੀ ਮੈਂ ਰਸੋਈ ਦੇ ਵਿੱਚ ਨਾਸ਼ਤਾ ਬਣਾਉਣ ਵਾਸਤੇ। ਅਤੇ ਇਸ ਤੋਂ ਬਾਅਦ ਮੈਂ ਅੱਧਾ ਘੰਟਾ ਭਾਈ ਲੇਟੀ, ਪਤਾ ਕਿਉਂ? ਇੰਨੇ ਚੱਕਰ ਆਉਣ ਲੱਗ ਗਏ ਇੱਥੇ ਖੜ੍ਹੀ ਖੜ੍ਹੀ ਨੂੰ, ਮੈਨੂੰ ਪਤਾ ਕਿਉਂ? ਇੱਕ ਤਾਂ ਧੁੱਪ ਸੀ, ਗਰਮੀ ਸੀ, ਪੱਖਾ ਨਹੀਂ ਸੀਗਾ, ਹੈ ਨਾ। ਅਤੇ ਮੈਂ ਕਿਹਾ ਬਈ ਮੈਨੂੰ ਤਾਂ ਅੱਧੇ ਘੰਟੇ ਦਾ ਰੈਸਟ ਚਾਹੀਦਾ। ਇਸ ਤੋਂ ਪਹਿਲਾਂ ਵੀ ਮੈਂ ਕਾਫੀ ਕੰਮ ਕਰਕੇ ਹਟੀ ਸੀਗੀ, ਕਾਫੀ, ਜਿਵੇਂ ਮੈਂ ਦੱਸ ਰਹੀ ਹਾਂ ਨਾ, ਸਮਾਨ ਸਮੂਨ ਇੱਧਰ ਉੱਧਰ, ਅਤੇ ਬੈੱਡ ਵਗੈਰਾ ਫਿਰ ਅੱਜ ਖੋਲ੍ਹੇ ਸੀ। ਬਸ ਕਹਿੰਦੇ ਨਾ, ਜਿਹੜੀਆਂ ਚੀਜ਼ਾਂ ਸਾਡੇ ਮਤਲਬ ਨਹੀਂ ਯੂਜ਼ ਆਉਣ ਵਾਲੀਆਂ, ਅਤੇ ਉਹ ਹੁਣੇ ਮੈਂ ਨਾਲ ਦੀ ਨਾਲ ਹੀ ਕੱਢ ਦਿੰਦੀ ਹੁੰਦੀ ਹਾਂ, ਰੱਖਦੀ ਨਹੀਂ ਹੁੰਦੀ। ਬਸ ਜਿਹੜੀਆਂ ਚੀਜ਼ਾਂ ਜ਼ਰੂਰਤ ਦੀਆਂ ਬਸ ਆਪਾਂ ਉਹੀ ਰੱਖਦੇ ਹਾਂ, ਹੈ ਨਾ। ਜਦੋਂ ਮਕਾਨ ਆਪਦਾ ਬਣੂਗਾ ਫਿਰ ਉਹਦੇ ਵਿੱਚ ਖੂਬ ਸਾਰੀਆਂ ਚੀਜ਼ਾਂ ਰੱਖੀ ਜਾਓ, ਹੈ ਨਾ, ਅਤੇ ਟੈਨਸ਼ਨ ਨਹੀਂ ਹੁੰਦੀ ਹੈਗੀ। ਅਤੇ ਹੁਣ ਆਪਾਂ ਬਸ ਆਟਾ ਗੁੰਨਾਂਗੇ, ਅੱਜ ਮੂਲੀਆਂ ਵਾਲੇ ਪਰੌਂਠੇ ਬਣਾਵਾਂਗੇ। ਮੂਲੀਆਂ ਵਾਲੇ ਕਾਹਦੇ, ਇਹਨਾਂ ਨੇ ਭਾਈ ਮਿੱਠੂ ਵਾਸਤੇ ਪੱਤੇ ਲਿਆਉਂਦੇ ਸੀ, ਉਹਦੇ ਵਿੱਚ ਚਾਰ ਪੰਜ ਮੂਲੀਆਂ, ਫਿਰ
ਨਿਕਲ ਆਈ ਹਾਂ, ਹੈ ਨਾ, ਅਤੇ ਮੈਂ ਨਾ ਤਾਂ ਉਹ ਭਾਈ ਛਿੱਲੀਆਂ ਜਾਣ ਮੂਲੀਆਂ, ਅਤੇ ਮੈਂ ਮਤਲਬ ਪਾਣੀ ਦੇ ਵਿੱਚ 1 ਘੰਟਾ ਡਿਪ ਕਰਕੇ ਨਾ ਗਰਮ ਪਾਣੀ ਦੇ ਵਿੱਚ ਰੱਖਤੀਆਂ, ਫਿਰ ਉਸ ਤੋਂ ਬਾਅਦ ਦੇਖ ਲਓ ਉਹਨੂੰ ਆਪਾਂ ਕਿਵੇਂ ਯੂਜ਼ ਕਰਾਂਗੇ, ਹੈ ਨਾ। ਪਹਿਲਾਂ ਪਿਆਜ਼ ਪਾਵਾਂਗੇ ਜਿਹੜੇ ਕੱਲ੍ਹ ਦੇ ਬਚੇ ਪਏ ਸੀ ਪਨੀਰ ਦੀ ਭੁਰਜੀ 'ਚੋਂ ਇਹਨਾਂ ਨੇ ਬਚਾਏ ਸੀਗੇ, ਹੈ ਨਾ। ਅਤੇ ਹੁਣ ਆਪਾਂ ਧਨੀਆ ਬਰੀਕ ਬਰੀਕ ਕਰਕੇ ਪਾ ਦਾਂਗੇ ਆਟੇ ਦੇ ਵਿੱਚ। ਇਸ ਆਟੇ ਦੇ ਵਿੱਚ ਮੈਂ ਕੁਛ ਵੀ ਨਹੀਂ ਪਾਇਆ, ਜਿਵੇਂ ਤੁਸੀਂ ਸ਼ੋਰਟ ਵੀਡੀਓ ਦੇ ਅੱਧਾ ਕੁ ਸ਼ੋਰਟ ਵੀਡੀਓ ਦੇ ਵਿੱਚ ਦੇਖਿਆ ਸੀ, ਪੂਰੀ ਗੱਲ ਦੱਸ ਦਿੰਦੀ, ਅੱਧੀ ਗੱਲ ਖਾ ਜਾਂਦੀ ਮੈਂ, ਹੈ ਨਾ। ਇਹ ਦੇਖੋ ਇਹ ਮੈਂ ਵੈਸੇ ਜਿਹੜੇ ਰੱਸੀ ਵਾਲਾ ਜਿਹੜਾ ਕਿਚਨ ਵਾਲਾ ਨਹੀਂ ਹੁੰਦਾ ਹੈਗਾ ਚੋਪਰ, ਉਹਦੇ ਵਿੱਚ ਕਰਦੀ ਹੁੰਦੀ ਇਸ ਤਰ੍ਹਾਂ ਮੂਲੀਆਂ ਵੀ ਗਾਜਰਾਂ ਵੀ, ਅਤੇ ਇਹ ਇਲੈਕਟ੍ਰਿਕ ਜਿਹੜਾ ਚੋਪਰ ਜਿਹਾ ਹੁੰਦਾ ਨਾ, ਅਤੇ ਮੈਂ ਤਾਂ ਨਹੀਂ ਯੂਜ਼ ਕਰਦੀ। ਮੈਂ ਕਿਹਾ ਵੀ ਮਿਕਸੀ ਵੀ ਹੈਗੀ ਹੈ, ਹੈ ਨਾ, ਅਤੇ ਮੇਰੇ ਕੋਲ ਪਿਆ ਹੈਗਾ, ਹੈ ਨਾ, ਅਤੇ ਮੈਂ ਯੂਜ਼ ਘੱਟ ਬਹੁਤ ਕਰਦੀ ਹਾਂ, ਮੈਨੂੰ ਲੱਗਦਾ ਸ਼ਾਇਦ ਤੁਹਾਨੂੰ ਦਿਖਾਇਆ ਵੀ ਨਹੀਂ ਗਾ ਮੈਂ, ਅਤੇ ਬਸ ਇੰਨੀਆਂ ਇੰਨੀਆਂ ਚੀਜ਼ਾਂ ਰੱਖ ਕੇ ਕਰਨੀਆਂ ਵੀ ਕੀ ਹੈ ਰਸੋਈ ਦੇ ਵਿੱਚ, ਫਿਰ ਉੱਨੀ ਸਾਂਭ ਸੰਭਾਈ ਰੱਖ ਕਰਨੀ ਪੈਂਦੀ ਹੈ। ਨਹੀਂ ਸਹੀ ਕਹਿੰਦੀ ਹਾਂ ਨਾ ਮੈਂ, ਲਾਈਟ ਚਲੀ ਜਾਂਦੀ ਭਾਈ ਫਿਰ ਸਾਰਾ ਕੁਛ ਐਂ ਰਹਿ ਜਾਂਦਾ ਕੰਮ, ਹੈ ਨਾ। ਅਤੇ ਇਹ ਦੇਖੋ ਮੈਂ ਮੂਲੀਆਂ ਵੀ ਇਸ ਤਰ੍ਹਾਂ ਬਰੀਕ ਬਰੀਕ ਕਰਕੇ ਪਾ ਲਈਆਂ, ਹੈ ਨਾ, ਅਤੇ ਨਾਲ ਦੀ ਨਾਲ ਭਾਈ ਲਾਈਟ ਵੀ, ਲਾਈਟ ਹਾਏ ਰੱਬਾ ਕਿ ਲਾਈਟ ਜਾਈ ਜਾਂਦੀ ਅੱਜ, ਵਾਰ ਵਾਰ ਤਾਂ ਹੀ ਲਾਈਟ ਲਾਈਟ ਹੀ ਨਜ਼ਰ ਆਈ ਜਾਂਦੀ ਮੈਨੂੰ। ਹਲਦੀ ਪਾ ਲਈ, ਨੂਣ ਮਿਰਚ, ਥੋੜ੍ਹਾ ਜਿਹਾ ਮੈਗੀ ਮਸਾਲਾ ਪਾ ਲਿਆ, ਹੈ ਨਾ, ਅਤੇ ਫਟਾਫਟ ਆਪਾਂ ਆਟਾ ਗੁੰਨਾਂਗੇ ਅਤੇ ਪਰੌਂਠੇ ਬਣਾਵਾਂਗੇ। ਅਤੇ ਇਸ ਟਾਈਮ ਤਾਂ ਵੈਸੇ ਵੀ ਨਾ ਪਤਾ ਕੀ, ਹੁਣ ਇਸ ਟਾਈਮ ਸ਼ਾਮ ਨੂੰ ਅਸੀਂ ਘੁੰਮ ਕੇ ਆਏ ਹਾਂ, ਘੁੰਮ ਕੇ ਆਏ ਹਾਂ ਕਿ ਬਸ ਐਂ, ਹੈ ਨਾ, ਰਾਊਂਡ ਮਾਰ ਕੇ ਆਏ ਹਾਂ। ਅਤੇ ਹੁਣ ਮੈਂ ਆ ਕੇ ਵਲੋਗ ਮੈਂ ਕਿਹਾ ਪਾ ਦਾਂ, ਲੇਟ ਹੋ ਜੂੰਗੀ ਕਿਉਂਕਿ ਅੱਜ ਇਹਨਾਂ ਦੀ ਛੁੱਟੀ ਸੀ, ਹੋਰ ਤਾਂ ਅਸੀਂ ਕਿਤੇ ਗਏ ਨਹੀਂ। ਅਤੇ ਇਹਨਾਂ ਦੇ ਭਾਈ ਕੰਮ ਸੀਗੇ ਕਾਫੀ, ਹੈ ਨਾ, ਆਪਣੇ ਹੀ ਕੰਮ ਸੀ ਇਹਨਾਂ ਦੇ, ਅਤੇ ਸਵੇਰੇ ਬਸ ਮੈਂ ਆਪਣੇ ਕੰਮ ਛੇੜ ਕੇ ਬਹਿ ਗਈ। ਤੁਸੀਂ ਕਹੋਗੇ ਰੋਜ਼ ਰੋਜ਼ ਕਿੱਥੇ ਕਿਹੜੇ ਕੰਮ ਛੇੜ ਗਏ, ਪਤਾ ਕੀ ਹੈ, ਬਹੁਤ ਸਾਰਾ ਐਸਾ ਸਮਾਨ ਸਾਡੇ ਘਰਾਂ ਦੇ ਵਿੱਚ ਇਕੱਠਾ ਹੋ ਜਾਂਦਾ ਹੈ। ਆਪਾਂ ਸੋਚਦੇ ਹਾਂ, ਹੈ ਨਾ, ਵੀ ਕਿਸੇ ਦੇ ਕੰਮ ਆਜੂਗਾ ਅਤੇ ਉਹਨੂੰ ਦੇ ਦਿੰਦੇ ਹਾਂ, ਅਤੇ ਮੈਨੂੰ ਕਿਹਾ ਵੀ ਸੀਗਾ ਵੀ ਮਤਲਬ ਵੈਸੇ ਹੀ, ਹੈ ਨਾ, ਜਿਸ ਤਰ੍ਹਾਂ ਕਿਵੇਂ ਦੱਸਾਂ ਹੁਣ ਮੈਂ ਤੁਹਾਨੂੰ, ਹੈ ਨਾ, ਅਤੇ ਫਿਰ ਮੈਂ ਕੱਢ ਦਿੰਦੀ ਹੁੰਦੀ ਹਾਂ ਫਾਲਤੂ ਆਲਤੂ ਕੱਪੜੇ ਸਾਰੇ, ਹੈ ਨਾ, ਅਤੇ ਜਿਹਨੂੰ ਜ਼ਰੂਰਤ ਹੁੰਦੀ ਹੈ ਫਿਰ ਮੈਂ ਉਹਨੂੰ ਦੇ ਦਿੰਦੀ ਹੈਗੀ ਹਾਂ। ਅਤੇ ਮੈਂ ਇਸ ਤਰ੍ਹਾਂ ਐਰੇ ਗੈਰੇ ਨੂੰ ਨਹੀਂ ਦਿੰਦੀ, ਨਾ ਆਪਣੇ ਬੱਚਿਆਂ ਦੇ ਕੱਪੜੇ, ਨਾ ਮੈਂ ਆਪਦੇ ਕੱਪੜੇ, ਹੈ ਨਾ, ਅਤੇ ਬਸ ਇਸ ਤਰ੍ਹਾਂ ਜਿਹੜੇ ਪਾ ਲੈਂਦੇ ਹੈ ਜਿਸ ਤਰ੍ਹਾਂ ਕੋਈ ਵੀ, ਹੈ ਨਾ, ਨਾਮ ਨਹੀਂ ਲਵਾਂਗੇ ਆਪਾਂ ਵੀਡੀਓ ਦੇ ਵਿੱਚ, ਫਿਰ ਆਪਾਂ ਉਹਨਾਂ ਨੂੰ ਦੇ ਦਿੰਦੇ ਹੈਗੇ ਹਾਂ, ਹੈ ਨਾ। ਅਤੇ ਕਿਸੇ ਕਿਸੇ ਟਾਈਮ ਮੈਂ ਬਾਹਰ ਬੈਠੇ ਹੁੰਦੇ ਹੈ, ਹੈ ਨਾ, ਜਿਵੇਂ ਮੰਦਰਾਂ ਦੇ ਬਾਹਰ, ਉਹਨਾਂ ਨੂੰ ਵੀ ਦੇ ਆਉਂਦੀ ਹਾਂ, ਜਾਂ ਫਿਰ ਇੱਥੇ ਸਾਡੇ ਭਾਈ ਪਿੰਗਲਵਾੜਾ ਬਣਿਆ ਹੋਇਆ ਉੱਥੇ ਵੀ ਦੇ ਆਉਂਦੀ, ਕਾਫੀ ਜਗ੍ਹਾ ਇਹੋ ਜਿਹੀਆਂ, ਹੈ ਨਾ, ਜਿੱਥੇ ਆਪਾਂ ਕੱਪੜੇ ਦੇ ਸਕਦੇ ਹਾਂ। ਅਤੇ ਜ਼ਿਆਦਾ ਕਹਿੰਦੇ ਨਾ ਆਲਤੂ ਫਾਲਤੂ ਚੀਜ਼ਾਂ ਰੱਖ ਕੇ ਕਰਨੀਆਂ ਵੀ ਕੀ ਹੈ, ਜਦੋਂ ਆਪਦਾ ਮਕਾਨ ਬਣਾਵਾਂਗੇ ਭਾਈ ਉੱਥੇ ਫਿਰ ਚੀਜ਼ਾਂ ਰੱਖਾਂਗੇ ਆਪਦੀਆਂ, ਹੈ ਨਾ, ਆਪਦੇ ਜਿੰਨੇ ਮਰਜ਼ੀ ਸਮਾਨ ਰੱਖੀ ਜਾਓ। ਅਤੇ ਜਿਸ ਤਰ੍ਹਾਂ ਆਪਾਂ ਸਰਕਾਰੀ ਮਕਾਨ ਦੇ ਵਿੱਚ ਬੈਠੇ ਹਾਂ ਜਾਂ ਕਿਰਾਏ ਦੇ ਮਕਾਨ ਦੇ ਵਿੱਚ ਬੈਠੇ ਹਾਂ, ਅਤੇ ਕਹਿੰਦੇ ਨਾ ਡਰ ਡਰ ਕੇ ਰਹਿਣਾ ਪੈਂਦਾ, ਹੈ ਨਾ, ਜਿਸ ਤਰ੍ਹਾਂ ਆਪਣਾ ਸਮਾਨ ਜ਼ਿਆਦਾ ਹੋ ਜਾਂਦਾ ਉਨਾ ਹੀ ਸਮਾਨ ਔਖਾ ਹੋ ਜਾਂਦਾ, ਸੱਚੀ ਦੱਸ ਰਹੀ ਹਾਂ ਤੁਹਾਨੂੰ ਮੈਂ। ਅਤੇ ਮੈਂ ਤਾਂ ਹੀ ਨਾਲ ਦੀ ਨਾਲ ਹੀ ਕੱਢ ਦਿੰਦੀ ਹੁੰਦੀ ਹਾਂ, ਪਤਾ ਨਹੀਂ ਉਹ ਸੁੱਖ ਦਾ ਦਿਨ ਕਦੋਂ ਆਊਗਾ, ਹੈ ਨਾ। ਅਤੇ ਕੋਈ ਗੱਲ ਨਹੀਂ, ਸਬਰ ਕਰਨਾ ਚਾਹੀਦਾ, ਹੈ ਨਾ। ਮੈਂ ਆਪਣੇ ਆਪ ਬਹੁਤ ਹੌਂਸਲਾ ਰੱਖਦੀ ਹਾਂ ਆਪਣੇ ਅੰਦਰ, ਹੈ ਨਾ। ਅਤੇ ਕਹਿੰਦੇ ਨਾ ਕਿਸੇ ਕਿਸੇ ਚੀਜ਼ ਦਾ ਸਾਨੂੰ ਸ਼ੌਂਕ ਹੁੰਦਾ ਨਾ, ਅਤੇ ਰੱਬ ਵੀ ਥੋੜ੍ਹੀ ਜਿਹੀ ਲੇਟ ਹੀ ਸਾਡੀ ਆਸ ਪੂਰੀ ਕਰਦਾ, ਆਸ ਤਾਂ ਹੁੰਦੀ ਹੈ, ਹੈ ਨਾ, ਅਤੇ ਪੂਰੀ ਰੱਬ ਨੇ ਕਰਨੀ ਹੁੰਦੀ ਹੈ। ਲਓ ਜੀ, ਹੁਣ ਆਪਾਂ ਗੱਲਾਂ ਬਹੁਤ ਜ਼ਿਆਦਾ ਕਰ ਲਈਆਂ, ਹੈ ਨਾ, ਮੈਨੂੰ ਲੱਗਦਾ ਕਿ ਗੱਲਾਂ ਬਾਲੀਆਂ ਕਰ ਲਈਆਂ ਭਾਈ ਆਪਾਂ, ਹੈ ਨਾ। ਅਤੇ ਹੁਣ ਆਪਾਂ ਪਰੌਂਠੇ ਬਣਾਵਾਂਗੇ, ਬਸ ਇਸ ਤਰ੍ਹਾਂ ਸਿੱਧੇ ਸਿੱਧੇ ਵੇਲ ਕੇ ਪਾ ਦਾਂਗੇ, ਅਤੇ ਉੱਪਰ ਘਿਓ ਲਾ ਦਾਂਗੇ, ਪਤਾ ਕਿੰਨੇ ਸਵਾਦ ਪਰੌਂਠੇ ਬਣੇ। ਲੈ ਭਾਈ, ਦੁੱਧ ਤੋਂ ਵੀ ਬੇਧਿਆਨ ਹੋ ਜਾਂਦੀ ਹਾਂ ਮੈਂ ਕਿਸੇ ਟਾਈਮ, ਇਹ ਦੇਖ ਲਓ।
ਅਤੇ ਦੁੱਧ ਉਬਲਣ ਲੱਗਿਆ ਸੀਗਾ, ਮੈਂ ਸਿਮ ਨਹੀਂ ਸੀ ਕੀਤਾ। ਜਦੋਂ ਮੈਂ ਤੇਜ਼ ਕਰਦਾ ਨਾ ਭਾਈ ਗੈਸ, ਉਹਦੀ ਨਾਲ ਦੀ ਨਾਲ ਦੁੱਧ ਉਬਲ ਜਾਂਦਾ ਹੈ ਬਹੁਤ ਵਾਰੀ, ਹੈ ਨਾ। ਅਤੇ ਬਹੁਤ ਵਾਰੀ ਮੇਰੇ ਨਾਲ ਇਹ ਚੀਜ਼ਾਂ ਹੋਈਆਂ। ਲਓ ਜੀ, ਗਰਮਾ ਗਰਮ ਪਰੌਂਠੇ, ਸੱਚ ਕੁਰਕਰੇ ਜੇ ਬਣੇ, ਇਹਦੇ ਵਿੱਚ ਮੈਂ ਬੇਸਣ ਨਹੀਂ ਪਾਇਆ, ਅਤੇ ਬਸ ਇਸ ਤਰ੍ਹਾਂ ਹੀ ਨੂਣ ਮਿਰਚ ਹਲਦੀ ਅਤੇ ਥੋੜ੍ਹਾ ਜਿਹਾ ਮੈਗੀ ਮਸਾਲਾ, ਪਿਆਜ਼ ਮੂਲੀਆਂ, ਅਤੇ ਬਸ ਇਸ ਤਰ੍ਹਾਂ। ਜਿਹੜਾ ਮੇਰਾ ਰੈੱਡ ਕਲਰ ਦਾ ਚੋਪਰ ਹੈ ਨਾ, ਮੈਂ ਉਹ ਇਹਨਾਂ ਨੂੰ ਕਿਹਾ, ਮੈਂ ਕਿਹਾ ਟੁੱਟ ਗਿਆ ਅਤੇ ਮੈਨੂੰ ਲਿਆ ਦਿਉ, ਅਤੇ ਮੈਨੂੰ ਉਹੀ ਅੱਛਾ ਲੱਗਦਾ। ਬਹੁਤ ਆਸਾਨ ਹੈ, ਹੈ ਨਾ। ਇਹ ਵਾਰ ਵਾਰ ਭਾਈ ਧੋਣਾ ਵੀ ਪੈਂਦਾ, ਫਿਰ ਪੂੰਝ ਕੇ ਰੱਖੋ, ਫਿਰ ਇਹਦੀ ਸਾਂਭਾ ਸੰਭਾਈ ਵਾਲੀ ਹੈ, ਹੈ ਨਾ। ਉਹ ਜਿਵੇਂ ਮਰਜ਼ੀ ਆਪਾਂ ਭਾਂਡਿਆਂ ਵਾਂਗੂ ਕਰ ਲਈਏ, ਹੈ ਨਾ, ਜਿੰਨਾ ਮਰਜ਼ੀ ਬਰੀਕ ਕਰ ਲਈਏ ਉਹਦੇ ਵਿੱਚ, ਹੈ ਨਾ, ਮਤਲਬ ਮਸਾਲਾ ਦਾਲ ਵਾਸਤੇ, ਸਬਜ਼ੀ ਵਾਸਤੇ ਅਤੇ ਬਾਕੀ ਚੀਜ਼ਾਂ ਵਾਸਤੇ ਤਾਂ ਆਪਣੇ ਕੋਲ ਮਿਕਸੀ ਹੈਗੀ ਯੂਜ਼ ਕਰਨ ਵਾਸਤੇ, ਹੈ ਨਾ। ਅਤੇ ਕਈ ਚੀਜ਼ਾਂ ਪਤਾ ਕੀ ਹੈ, ਰਸੋਈ ਦੇ ਵਿੱਚ ਐਕਸਟਰਾ ਚੀਜ਼ਾਂ ਆ ਜਾਂਦੀਆਂ ਨਾ, ਮੈਨੂੰ ਬਹੁਤ ਟੈਨਸ਼ਨ ਹੋ ਜਾਂਦੀ ਹੈ, ਆਹ ਵੀ ਚੀਜ਼ ਉਹ ਵੀ ਚੀਜ਼, ਹੈ ਨਾ, ਸੰਭਾਲਣੀਆਂ ਬਹੁਤ ਔਖੀਆਂ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਦੀ ਹਾਂ ਨਾ, ਅੱਜ ਵੀ ਅਸੀਂ ਅਲਮਾਰੀਆਂ ਖੋਲ੍ਹੀਆਂ ਅਤੇ ਹੁਣ ਨਾਸ਼ਤਾ ਬਣ ਗਿਆ ਜੀ, ਆ ਜਾਓ ਤੁਸੀਂ ਵੀ, ਵੈਲਕਮ ਹੈ ਜੀ ਤੁਹਾਡਾ ਸਾਰਿਆਂ ਦਾ, ਰਸੋਈ ਦੇ ਵਿੱਚ ਨਾਸ਼ਤਾ ਕਰ ਲਓ, ਹੈ ਨਾ। ਅਤੇ ਮੈਂ ਅੱਜ ਅਲਮਾਰੀਆਂ ਖੋਲ੍ਹੀਆਂ, ਮੈਂ ਇਹਨਾਂ ਨੂੰ ਦਿਖਾਇਆ, ਮੈਂ ਕਿਹਾ ਦੇਖ ਲਓ ਦਿਮਕ ਕਿੰਨੀ ਲੱਗੀ ਪਈ ਹੈ। ਮੈਨੂੰ ਕਹਿੰਦੇ ਤਾਂ ਹੀ ਕੰਧਾਂ ਦੇ ਵਿੱਚ, ਪਤਾ, ਕੰਧਾਂ ਦੇ ਵਿੱਚ ਲੱਗੀ ਪਈ ਹੈ। ਲਓ ਜੀ, ਨਾਸ਼ਤੇ ਦੀ ਪਲੇਟ ਤਿਆਰ ਕਰਤੀ ਹੈ। ਸੱਚ ਦੱਸਾਂ ਪਰੌਂਠੇ ਇੰਨੇ ਸਵਾਦ ਬਣੇ, ਆਟੇ ਦੇ ਵਿੱਚ ਤਾਂ ਨਾ ਜੋ ਕੁਛ ਮਰਜ਼ੀ ਗੁੰਨ ਲਓ। ਮੈਨੂੰ ਤਾਂ ਐਂ ਲੱਗ ਰਿਹਾ ਸੀ ਵੀ ਆਪਾਂ ਭਾਈ ਉਹ ਖਾ ਰਹੇ ਹਾਂ, ਕੀ ਕਹਿੰਦੇ ਹੁੰਦੇ ਉਹਨੂੰ, ਪੂੜੇ, ਹੈ ਨਾ, ਜਿਵੇਂ ਆਪਾਂ ਤਵੇ 'ਤੇ ਨੋਨ ਸਟਿੱਕ ਤਵੇ 'ਤੇ ਪੈਨ 'ਤੇ ਬਣਾਉਂਦੇ ਹੁੰਦੇ ਹਾਂ, ਕੀ ਮੈਂ ਅੱਗੇ ਪਹਿਲਾਂ ਬਣਾਏ ਸੀ ਚੀਲੇ, ਹੈ ਨਾ। ਫਿਰ ਉਸ ਤੋਂ ਬਾਅਦ ਦੁੱਧ 'ਚ ਪਾਈ ਪਾਈ ਪੱਤੀ, ਦੁੱਧ 'ਚ ਪੱਤੀ ਪਾ ਕੇ ਫਿਰ ਮੈਨੂੰ ਚੈਨ, ਅੱਜ ਪੈਕਟ ਵਾਲਾ ਦੁੱਧ ਲਿਆ ਅਤੇ ਸਾਡੇ ਦੁੱਧ, ਮਤਲਬ ਸਾਡਾ ਦੁੱਧ ਜਿਹੜਾ ਆ ਰਿਹਾ ਠੀਕ ਨਹੀਂ। ਇਹ ਦੇਖ ਲਓ ਮੇਰੇ ਪੈਰਾਂ ਦਾ ਹਾਲ, ਹੈ ਨਾ, ਦੋਨੋਂ ਅੰਗੂਠਿਆਂ ਦੇ ਨੋਂ ਮੇਰੇ ਲੈ ਗਏ, ਇੱਕ ਦਾ ਕੱਚਾ ਟੁੱਟ ਗਿਆ ਔਰ ਇੱਕ ਦਾ, ਮਤਲਬ ਜਦੋਂ ਵੈਸ਼ਨੋ ਮਾਤਾ ਗਈ ਸੀ ਨਾ ਅਤੇ ਉਦੋਂ ਮੈਨੂੰ ਪਤਾ ਨਹੀਂ ਚੱਲਿਆ, ਮੇਰੇ ਨੋਂ 'ਚ ਇਨਫੈਕਸ਼ਨ ਸੀ, ਮੈਂ ਕਿਹਾ ਉਹੀ ਦਰਦ ਹੋਈ ਜਾਂਦਾ। ਕਈ ਵਾਰ ਨਾ ਸੁਸਤੀ ਆ ਜਾਂਦੀ ਹੈ, ਨਹੀਂ ਜੀ ਨਹੀਂ ਕਰਦਾ ਕੰਮ ਕਰਨ ਵਾਸਤੇ। ਬਸ ਜ਼ਿਆਦਾ ਕੁਛ ਨਹੀਂ, ਸੋਫੇ ਸੂਫੇ ਸਿੱਧੇ ਕਰ ਦੂੰਗੀ, ਝਾੜੂ ਲਗਾ ਕੇ ਬਸ ਸਿੱਧੇ ਸਿੱਧੇ ਪੋਚੇ ਮਾਰ ਦੂੰਗੀ, ਅੱਜ ਜ਼ਿਆਦਾ ਕੰਮ ਨਹੀਂ ਮੈਂ ਕਰਦੀ। ਫਿਰ ਨਹਾਉਂਗੀ ਧੋਊਂਗੀ, ਫਿਰ ਉਸ ਤੋਂ ਬਾਅਦ ਆਪਾਂ ਰੋਟੀ ਪਾਣੀ ਦਾ ਕਰਾਂਗੇ ਕੰਮ। ਅੱਜ ਜਿਹੜਾ ਸਵੇਰੇ ਸਵੇਰੇ ਕੰਮ ਕੀਤਾ ਨਾ, ਮੈਂ ਉਹਦੇ ਨਾਲ ਇੰਨੀ ਥੱਕ ਗਈ। ਔਰ ਜਿਵੇਂ ਮੈਂ ਤੁਹਾਨੂੰ ਕੱਲ੍ਹ ਦੱਸਿਆ ਸੀ ਨਾ ਕਿ ਮੈਂ 2 ਦਿਨ ਸਫਾਈ ਆਪ ਕਰਨੀ ਹੈ, ਅਤੇ ਉਹਨੇ ਤਾਂ ਸਫਾਈ ਦੇ ਟਾਈਮ ਹੀ ਆਉਣਾ, ਹੈ ਨਾ, ਮੇਡ ਨੇ। ਅਤੇ ਫਿਰ ਮੈਂ ਸੋਚਿਆ, ਮੈਂ ਕਿਹਾ ਚੱਲ ਜਿਹੜਾ ਕੰਮ ਉਹਦੇ ਹੁੰਦੇ ਨਹੀਂ ਅਸੀਂ ਕਰ ਸਕਦੇ, ਅਤੇ ਇਹ ਅੱਜ ਇਹਨਾਂ ਦੀ ਛੁੱਟੀ ਵੀ ਹੈ, ਹੈ ਨਾ, ਕਿਉਂ ਨਾ ਥੋੜ੍ਹਾ ਬਹੁਤ ਇਹੋ ਜਿਹਾ ਕੰਮ ਕਰ ਲੈਂਦੇ ਹੈਗੇ ਹਾਂ ਜਿਹੜਾ ਮੈਂ ਇਕੱਲੀ ਨਹੀਂ ਕਰ ਸਕਦੀ, ਜਿਵੇਂ ਮੈਂ ਤੁਹਾਨੂੰ ਅਕਸਰ ਵੀਡੀਓ ਦੇ ਵਿੱਚ ਦੱਸਦੀ ਹੁੰਦੀ ਹਾਂ। ਅਤੇ ਮੈਂ ਮੇਰੇ ਪੈਰ ਦੇ ਜਿਹੜੇ ਅੰਗੂਠੇ ਦੇਖ ਲਓ, ਦੋਨਾਂ ਅੰਗੂਠਿਆਂ ਦਾ ਨੋਂ ਮੇਰਾ ਇਸ ਤਰ੍ਹਾਂ ਟੁੱਟ ਗਿਆ, ਇੱਕ ਦਾ ਕੱਲ੍ਹ ਕੱਚਾ ਨੋਂ ਟੁੱਟ ਗਿਆ। ਮੈਂ ਇੰਨਾ ਬਸ ਅੰਦਰੋਂ ਰੋਈ, ਬਹੁਤ ਜ਼ਿਆਦਾ ਆਂਸੂ ਵੀ ਮੇਰੇ ਬਾਹਰ ਆ ਗਏ ਸੀਗੇ। ਅਤੇ ਮੈਂ ਸੋਚਿਆ, ਮੈਂ ਕਿਹਾ ਦੱਸੋ, ਮੈਂ ਤੁਹਾਨੂੰ ਇਹ ਗੱਲਾਂ ਦੱਸ ਰਹੀ ਹਾਂ, ਅਤੇ ਮੇਰਾ ਇੰਨਾ ਅੰਗੂਠਾ ਅੱਜ ਦਰਦ ਹੋ ਰਿਹਾ ਸੀ ਬਹੁਤ ਹੀ ਜ਼ਿਆਦਾ। ਅਤੇ ਜਿਸ ਅੰਗੂਠੇ 'ਤੇ ਸੱਟ ਵੱਜੀ ਭਾਈ, ਉਸੇ 'ਤੇ ਹੀ ਦੁਬਾਰੇ ਫਿਰ ਅੱਜ ਵੱਜ ਗਈ। ਅਤੇ ਫਿਰ ਮੈਂ ਬਸ ਇਸ ਤਰ੍ਹਾਂ ਹੀ ਘੰਟਾ ਡੇਢ ਘੰਟਾ ਲੇਟੀ ਰਹੀ, ਹੈ ਨਾ। ਅਤੇ ਇਹ ਆਪਦਾ ਕੰਮ ਕੁੰਮ ਕਰਦੇ ਰਹੇ, ਅਤੇ ਕਿਤੇ ਬਾਹਰ ਚਲੇ ਗਏ, ਕਿਤੇ ਮਤਲਬ ਘਰ ਆ ਗਏ, ਇਸ ਤਰ੍ਹਾਂ ਹੀ। ਬਸ ਅੱਜ ਨਾ ਸੁਸਤੀ ਜਿਹੇ ਵਾਲਾ ਦਿਨ ਸੀਗਾ, ਸੁਸਤੀ ਆਪਣੇ ਆਪ ਹੀ ਆ ਜਾਂਦੀ ਜਦੋਂ ਅਸੀਂ ਆਪਣਾ ਕੰਮ ਛੱਡ ਦਿੰਦੇ ਹਾਂ, ਹੈ ਨਾ। ਕੰਮ ਤਾਂ ਕੁਛ ਵੀ ਨਹੀਂ ਹੁੰਦਾ, 2 ਵੱਜ ਗਏ ਸੀਗੇ ਸਫਾਈਆਂ ਨੂੰ ਮੈਨੂੰ, ਮੈਂ ਕਿਹਾ ਚੱਲ ਕੋਈ ਗੱਲ ਨਹੀਂ, ਕਿਸੇ ਟਾਈਮ ਲੇਟ ਸਵੇਰ ਹੋ ਜਾਂਦਾ, 11:30 ਭਾਈ ਨਾਸ਼ਤਾ ਕੀਤਾ, ਮੈਂ ਕਿਹਾ ਆਰਾਮ ਨਾਲ ਅੱਜ ਕੰਮ ਮਸਤੀ ਨਾਲ ਕਰਾਂਗੇ, ਹੈ ਨਾ। ਅਤੇ
ਹੁਣ ਬਸ ਮੈਂ ਮਤਲਬ ਝਾੜੂ ਵਗੈਰਾ, ਮੈਨੂੰ ਕਹਿੰਦੇ ਸੀ, ਕਹਿੰਦੇ ਤੂੰ ਮਤਲਬ ਸਫਾਈ ਕਰ ਲਈ, ਇਹਨਾਂ ਨੂੰ ਪਤਾ ਸੀ ਨਾ ਅੱਜ ਕਾਫੀ ਕੰਮ ਕੀਤਾ, ਕਹਿੰਦੇ ਭਾਂਡੇ ਭੁੰਡੇ ਜਿਹੜੇ ਚੱਕਣੇ ਆ ਜਾਂ ਮਾਂਜਣੇ ਮੈਂ ਮਾਂਜ ਦੂੰਗਾ, ਤੂੰ ਸਫਾਈਆਂ ਵਾਲਾ ਕੰਮ ਕਰ ਲੈ। ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੈਂ ਮਾਂਜ ਲੂੰਗੀ। ਅਤੇ ਫਿਰ ਕਹਿੰਦੇ ਤੂੰ ਥੱਕ ਜਾਏਗੀ, ਮੈਂ ਕਿਹਾ ਕੋਈ ਗੱਲ ਨਹੀਂ, ਨਹੀਂ ਥੱਕਦੀ ਮੈਂ, ਜੇ ਕੰਮ ਕਰਾਂ ਨਾ ਫਿਰ ਤਾਂ ਮੈਂ ਲਗਾਤਾਰ ਕਰਦੀ ਰਹਿੰਦੀ ਹਾਂ। ਫਿਰ ਮੈਂ ਕਿਹਾ ਚੱਲ ਮੋਪ ਨਾਲੀ ਦਾ ਪੋਚਾ ਲਾਉਣਾ, ਫਟਾਫਟ ਲਾ ਕੇ ਸਫਾਈ ਸਫੂਈ ਕਰਕੇ ਨਹਾ ਲਾਂਗੇ, ਹੈ ਨਾ। ਅਤੇ ਇਸ ਤਰ੍ਹਾਂ ਅੱਜ ਕੁਛ ਸਾਡਾ ਦਿਨ ਰਿਹਾ, ਛੁੱਟੀ ਵਾਲੇ ਦਿਨ, ਹੈ ਨਾ। ਅਤੇ ਕੰਮ ਤਾਂ ਵਾਧੂ ਹੋ ਜਾਂਦਾ ਘਰ ਦਾ, ਆਪਾਂ ਸੋਚੀਏ ਨਾ ਆਹ ਵੀ ਕਰ ਲਈਏ ਉਹ ਵੀ ਕਰ ਲਈਏ, ਪਰ ਇੱਕ ਗੱਲ ਦੱਸਾਂ, ਜਿਹੜੀ ਸਾਂਭਾ ਸੰਭਾਈ ਹੈ ਨਾ ਕੱਪੜਿਆਂ ਦੀ, ਬਿਸਤਰਿਆਂ ਦੀ, ਇਹ ਉਹ ਲਟਨ ਪਟਨ, ਹੈ ਨਾ, ਸਭ ਤੋਂ ਜ਼ਿਆਦਾ, ਜਿਸ ਕਰਕੇ ਅਸੀਂ ਵਿਹਲੇ ਹੀ ਨਹੀਂ ਹੋ ਪਾਉਂਦੇ। ਕਹਿੰਦੇ ਨਾ ਸਫਾਈਆਂ ਤਾਂ ਦੂਰ ਦੀ ਹੋ ਜਾਂਦੀ ਗੱਲ, ਹੈ ਨਾ, ਪਰ ਪਤਾ ਕੀ ਗੱਲ ਹੈ, ਇਹ ਮਕਾਨ ਨਾ ਜਿਸ ਤਰ੍ਹਾਂ ਮੈਂ ਦੱਸਦੀ ਹੁੰਦੀ ਹਾਂ ਪੁਰਾਣੇ ਹੈ, ਪਰ ਫਿਰ ਵੀ ਕਹਿੰਦੇ ਨਾ ਜਦੋਂ ਅਸੀਂ ਜਿਸ ਛੱਤ ਥੱਲੇ ਵੀ ਆਉਂਦੇ ਹਾਂ ਨਾ, ਅਤੇ ਪਰਮਾਤਮਾ ਦੀ ਰਜ਼ਾਮੰਦੀ ਨਾਲ ਆਉਂਦੇ ਹਾਂ, ਹੈ ਨਾ। ਨੁਕਤਾਚੀਨੀ ਨਹੀਂ ਕਰਨੀ ਚਾਹੀਦੀ, ਮੈਂ ਬਾਹਲਾ ਹੀ ਕਹਿਣ ਲੱਗ ਜਾਂਦੀ ਹਾਂ, ਹੈ ਨਾ, ਐਂ ਨਹੀਂ ਕਹਿਣਾ ਚਾਹੀਦਾ, ਚਲੋ ਸੋਰੀ ਰੱਬ ਜੀ, ਹੁਣ ਨਹੀਂ ਮੈਂ ਕਹਿੰਦੀ। ਅਤੇ ਹੁਣ ਤੁਸੀਂ ਜੋ ਵੀ ਦਿੱਤਾ, ਹੈ ਨਾ, ਉਹਦੇ ਵਿੱਚ ਹੀ ਸਾਨੂੰ ਖੁਸ਼ ਰਹਿਣਾ ਚਾਹੀਦਾ ਹੈਗਾ, ਪਰ ਕੀ ਕਰੀਏ, ਹੈ ਨਾ। ਅਤੇ ਚੀਜ਼ਾਂ ਬਸ ਮੈਨੂੰ ਇਹ ਹੁੰਦਾ, ਚੀਜ਼ਾਂ ਉਨੀਆਂ ਕੁ ਰੱਖੋ ਜਿਹੜੀਆਂ ਆਪਾਂ ਨੂੰ ਯੂਜ਼, ਆਪਾਂ ਉਹਨਾਂ ਨੂੰ ਯੂਜ਼ ਕਰ ਲਈਏ। ਅਤੇ ਹੁਣ ਬਸ ਮੈਂ ਸਾਫ਼ ਸਫਾਈ ਕਰਕੇ ਨਹਾਉਣ ਜਾਊਂਗੀ। ਭਾਈ ਦੇਖ ਲਓ, ਸਾਫ਼ ਸਫਾਈ ਦਾ ਵੀ ਕੰਮ ਘੰਟਾ ਡੇਢ ਘੰਟਾ ਲੱਗ ਗਿਆ ਸੀਗਾ ਮੈਨੂੰ। ਪਹਿਲਾਂ ਝਾੜੂ ਲਾਇਆ ਬਾਹਰੋਂ, ਮੈਂ ਝਾੜੂ ਪੋਚਾ ਪਹਿਲਾਂ ਹੀ ਲਾ ਦਿੰਦੀ ਹੁੰਦੀ ਹਾਂ, ਫਿਰ ਪਾਣੀ ਡੋਲ ਕੇ ਫਿਰ ਭਾਈ ਮੈਂ ਅੰਦਰ ਆਉਂਦੀ ਹੁੰਦੀ ਹਾਂ ਕਮਰਿਆਂ ਦੇ ਵਿੱਚ, ਹੈ ਨਾ। ਅਤੇ ਕਹਿੰਦੇ ਨਾ ਪਾਣੀ, ਪਤਾ ਨਹੀਂ ਕਿੰਨੀ ਵਾਰ ਸਾਨੂੰ ਪੋਚਾ ਪਾਣੀ ਦੇ ਵਿੱਚ ਧੋਣਾ ਪੈਂਦਾ ਤਾਂ ਲਾਉਣਾ ਪੈਂਦਾ, ਹੈ ਨਾ। ਅਤੇ ਸਾਰੇ ਕੰਮ ਘਰਾਂ ਦੇ ਭਾਈ ਬਾਹਲੇ ਜ਼ਰੂਰੀ ਹੈ ਨਾ। ਸਫਾਈ ਨਹੀਂ ਕਰਾਂਗੇ, ਭਾਂਡੇ ਨਹੀਂ ਮਾਂਜਾਂਗੇ, ਨਾਵਾਂ ਧੋਵਾਂਗੇ ਨਹੀਂ, ਹੈ ਨਾ, ਜਾਂ ਫਿਰ ਚਾਦਰਾਂ ਨਹੀਂ ਝਾੜਾਂਗੇ, ਸੋਫਿਆਂ ਦੇ ਕੱਪੜੇ ਨਹੀਂ ਝਾੜਾਂਗੇ। ਮੈਂ ਇਹੀ ਗੱਲਾਂ ਦੱਸੀ ਜਾਂਦੀ ਹਾਂ, ਅਤੇ ਮੇਰੇ ਮਾਈਕ ਲੱਗਿਆ ਹੋਇਆ, ਮੈਂ ਕਿਹਾ ਹੁਣ ਫਟਾਫਟ ਤੇਜ਼ ਕਰ ਦਿੰਦੀ ਹਾਂ ਭਾਈ, ਵੀਡੀਓ ਬਾਹਲੀ ਲੰਬੀ ਹੋ ਜੂਗੀ, ਹੈ ਨਾ। ਅਤੇ ਘੁੰਮਣ ਫਿਰਨ ਦਾ ਤਾਂ ਅਸੀਂ ਸੋਚ ਨਹੀਂ ਸਕਦੇ ਭਾਈ, ਪਤਾ ਨਹੀਂ ਕਿਵੇਂ, ਹੈ ਨਾ, ਲੋਕ ਵਿਹਲੇ ਹੋ ਕੇ ਘੁੰਮਣ ਚਲੇ ਜਾਂਦੇ ਆ, ਸਾਡੇ ਤਾਂ ਕੰਮ ਹੀ ਨਹੀਂ ਖਤਮ ਹੁੰਦਾ ਗਾ। ਮੌਸਮ ਵੀ ਸਾਫ਼ ਸੀਗਾ, ਅੱਜ ਬਹੁਤ ਸਾਫ਼ ਸੀਗਾ ਮੌਸਮ, ਹੈ ਨਾ, ਨਾ ਧੁੱਪ ਸੀ ਨਾ ਜ਼ਿਆਦਾ ਮਤਲਬ ਛਾਂ ਸੀਗੀ, ਮੌਸਮ ਵੀ ਬਹੁਤ ਵਧੀਆ ਸੀਗਾ, ਤਾਂ ਹੀ ਅਸੀਂ ਇਹੋ ਜਿਹੇ ਲੱਲੇ ਭੱਬੇ ਵਾਲੇ ਕੰਮ ਜਿਹੜੇ ਕਰ ਲੈਂਦੇ ਹੁੰਦੇ ਹਾਂ, ਹੈ ਨਾ। ਅਤੇ ਬਸ ਹੁਣ ਸਾਫ਼ ਸਫਾਈਆਂ ਦਾ ਕੰਮ ਹੋ ਗਿਆ ਆਪਣਾ, ਗੱਲਾਂ ਵਿੱਚ, ਹੈ ਨਾ, ਗੱਲਾਂ ਗੱਲਾਂ ਵਿੱਚ ਮੈਂ ਸਾਫ਼ ਸਫਾਈ ਕਰਤੀ, ਤੁਸੀਂ ਦੇਖ ਲਓ। ਅਤੇ ਇਸ ਤਰ੍ਹਾਂ ਦੇ ਹੀ ਹੈ ਕੁਛ ਮੇਰੇ ਕੰਮ, ਹੈ ਨਾ। ਅਤੇ ਹੈੱਡਫੋਨ ਕਈ ਵਾਰ ਲਗਾ ਲੈਂਦੀ ਹਾਂ, ਇਹ ਦੇਖੋ ਮੈਂ ਫਿਰ ਤੁਹਾਨੂੰ ਪੈਰ ਦਿਖਾ ਰਹੀ ਹਾਂ, ਪਤਾ ਕਿੰਨਾ ਬੁਰਾ ਹਾਲ ਹੈ ਮੇਰੇ ਪੈਰਾਂ ਦਾ। ਅਤੇ ਮੈਂ ਨੇਲ ਪੇਂਟ ਵੀ ਨਹੀਂ ਲਗਾ ਸਕਦੀ, ਅਤੇ ਬਸ ਬੈਂਡਡ ਲਗਾਈ ਹੈ। ਇਹ ਕਹਿੰਦੇ ਨੋਹ ਨਾ ਟੁੱਟ ਜੇ ਗੱਦੀਆਂ ਨੂੰ ਵੀ, ਭਾਈ ਧੁੱਪ ਲੱਗੀ ਜਾਂਦੀ ਹੈ, ਫਿਰ ਇਹਨਾਂ ਨੂੰ ਵੀ ਅੰਦਰ ਰੱਖੂੰਗੀ। ਸਾਰੇ ਛੋਟੇ ਛੋਟੇ ਕੰਮ ਹੈ ਜਿਹੜੇ ਅੱਜ ਮੈਂ ਕੀਤੇ ਹੈ, ਮੇਰੇ ਹਸਬੈਂਡ ਦੇ ਜਦੋਂ ਘਰੇ ਹੁੰਦੇ ਆ ਤਾਂ ਮੈਂ ਉਹਦੀ ਕਰਦੀ ਹੁੰਦੀ ਹਾਂ। ਬਸ ਹੁਣ ਫਰਿੱਜ ਦੇ ਵਿੱਚ ਜਿਹੜਾ ਸਮਾਨ ਬਾਹਰ ਪਿਆ ਸੀ ਉਹ ਰੱਖੂੰਗੀ। ਅਤੇ ਫਰਿੱਜ ਦਾ ਭਾਈ ਸਟੈਂਡ ਸਾਡੇ ਵੱਡਾ ਲਾ ਗਏ ਸੀਗੇ, ਉਸ ਤੋਂ ਮਜ਼ਬੂਤ ਲਾ ਕੇ ਗਏ ਸੀ, ਤੁਹਾਨੂੰ ਮੈਂ ਦੱਸਿਆ ਨਹੀਂ, ਹੈ ਨਾ ਭਾਈ, ਕੱਲ੍ਹ ਦਿਖਾਊਂਗੀ ਤੁਹਾਨੂੰ ਮੈਂ। ਅਤੇ ਹੁਣ ਬਸ ਮੈਂ ਰਸੋਈ ਦੇ ਵਿੱਚ ਆਈ ਹਾਂ, ਭਾਂਡੇ ਭੁੰਡੇ ਸਾਰੇ ਚਿੰਨ ਦੂੰਗੀ, ਹੈ ਨਾ, ਸਟੈਂਡ ਦੇ ਵਿੱਚ। ਸਟੈਂਡ ਭਾਈ ਅੱਜ ਅਸੀਂ ਦੇਖ ਕੇ ਆਏ ਸ਼ਾਮ ਨੂੰ, ਤੁਹਾਨੂੰ ਮੈਂ ਕਹਿ ਰਹੀ ਸੀ ਨਾ, ਅਸੀਂ ਇੱਧਰ ਉੱਧਰ ਜਾ ਕੇ ਆਏ ਹਾਂ, ਸਟੈਂਡ ਦੇਖ ਕੇ ਆਈ ਹਾਂ। ਅਤੇ ਸਟੈਂਡ ਨਾ ਮਤਲਬ ਜਿਸ ਤਰ੍ਹਾਂ ਆਪਾਂ ਕਿਲੋ ਕਿਲੋ ਵਾਲੇ ਡੱਬੇ ਰੱਖ ਦਿੰਦੇ ਨਾ, ਉਹ ਨਹੀਂ ਮਿਲਿਆ। ਅਤੇ ਕੱਲ੍ਹ ਫਿਰ ਅਸੀਂ ਦੇਖਦੇ ਹਾਂ ਕਿਤੇ ਹੋਰ ਜਾਵਾਂਗੇ, ਕੱਲ੍ਹ ਜਿਵੇਂ ਇਹਨਾਂ ਨੂੰ ਟਾਈਮ ਲੱਗਿਆ ਤਾਂ ਕਹਿ ਰਹੀ ਹਾਂ ਮੈਂ। ਅਤੇ ਸਟੈਂਡ ਦੇਖਿਆ ਸੀ, ਮੈਨੂੰ ਪਸੰਦ ਨਹੀਂ ਹੈ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਇੱਕ ਕਿਲੋ ਦਾ ਡੱਬਾ ਮਤਲਬ ਦਿਖਾਓ ਮੈਨੂੰ ਰੱਖ ਕੇ। ਅਤੇ ਉਹਨਾਂ ਨੇ ਜਦੋਂ ਰੱਖਿਆ ਭਾਈ, ਉਹ ਡੱਬਾ ਆਇਆ ਹੀ ਨਾ ਸਟੈਂਡ ਦੇ ਵਿੱਚ, ਚਾਰ ਸੈਲਫਾਂ ਵਾਲਾ ਸੀਗਾ। ਅਤੇ ਮੇਰੇ ਹਸਬੈਂਡ ਕਹਿੰਦੇ ਕੋਈ ਨਹੀਂ, ਲੱਕੜ ਦਾ ਹੀ ਬਣਵਾ ਲਾਂਗੇ ਅਗਰ ਨਾ ਮਿਲਿਆ ਤਾਂ। ਅਤੇ ਚੀਜ਼ਾਂ ਵੈਸੇ ਠੀਕ ਹੈ, ਹੈ ਨਾ, ਸਾਰੀਆਂ ਟਿੱਕ ਜਾਣਗੀਆਂ,
ਜਿੰਨਾ ਮਰਜ਼ੀ ਅਸੀਂ ਸਮਾਨ ਹਟਕਾਈ ਜਾਈਏ, ਸਮਾਨ ਤਾਂ ਭਾਈ ਸਮਾਨ ਹੀ ਹੁੰਦਾ। ਜਿਹੜੀ ਚੀਜ਼ ਦੀ ਆਪਾਂ ਸੋਚਦੇ ਹਾਂ ਆਹ ਵੀ ਜ਼ਰੂਰਤ, ਮੈਂ ਤਾਂ ਇੱਕ ਵੀ ਚੀਜ਼ ਮਤਲਬ ਵੱਧ ਹੋ ਜਾਏ ਨਾ ਕਿਚਨ ਦੇ ਵਿੱਚ, ਮੈਨੂੰ ਐਂ ਲੱਗਦਾ ਵੀ ਇਹਦੀ ਵੀ ਸਾਂਭ ਸੰਭਾਈ ਕਰਨੀ ਪਊਗੀ, ਹੈ ਨਾ। ਅਤੇ ਹੁਣ ਮੈਂ ਬਸ ਕਿਚਨ ਦਾ ਸਾਰਾ ਕੰਮ ਘੁੰਮ ਕਰਕੇ ਨਹਾ ਧੋ ਕੇ ਭਾਈ ਬਾਹਰ ਆ ਗਈ ਸੀ, ਹੈ ਨਾ। ਅਤੇ ਇਸ ਤੋਂ ਬਾਅਦ ਫਿਰ ਮੈਂ ਪਤਾ ਕਿੰਨੇ ਵਜੇ ਉੱਠੀ, 4 ਵਜੇ, ਕਿਉਂਕਿ 3:30 ਤਾਂ ਮੈਨੂੰ ਸਫਾਈਆਂ ਨੂੰ ਵੱਜ ਗਏ ਸੀ, ਨਹਾਉਂਦੀ ਨੂੰ ਵੱਜ ਗਏ ਸੀਗੇ। ਫਿਰ ਮੈਂ 3:30 ਉੱਠੀ, ਅਤੇ ਇਹ ਵੀ ਉਸ ਟਾਈਮ ਹੀ ਆਏ ਸੀ 10 ਕੁ ਮਿੰਟ ਪਹਿਲਾਂ, ਅਤੇ ਮੈਂ ਕਿਹਾ ਚਾਹ ਪੀਣੀ ਹੈ, ਮੈਨੂੰ ਕਹਿੰਦੇ ਅੱਜ ਤਾਂ ਦੁਪਹਿਰੇ ਆਪਾਂ ਰੋਟੀ ਨਹੀਂ ਖਾਧੀ। ਮੈਂ ਕਿਹਾ ਹੁਣ ਤੁਸੀਂ ਰੋਟੀ ਵੀ ਖਾਣੀ ਹੈ? ਕਹਿੰਦੇ ਹਾਂ। ਮੈਂ ਫਿਰ ਕਾਹਦੇ ਨਾਲ ਖਾਣੀ ਹੈ? ਕਹਿੰਦੇ ਲੂਣ ਮਿਰਚਾਂ ਵਾਲੇ ਪਰੌਂਠੇ ਬਣਾ ਲਿਆ। ਬਸ ਉਹੀ ਸਾਡਾ ਤਾਂ ਹੈ ਨਾ ਸਿੰਪਲ ਜਿਹਾ ਖਾਣਾ ਹੈਗਾ। ਆਟਾ ਗੁੰਨਿਆ ਪਿਆ ਸੀ, ਰਸੋਈ ਸਾਫ਼ ਸੀ, ਬਸ ਹੁਣ ਮੈਂ ਫਟਾਫਟ ਪਰੌਂਠੇ ਬਣਾਉਂਗੀ, ਹੈ ਨਾ। ਭਾਂਡੇ ਭੁੰਡੇ ਤਾਂ ਮੈਂ ਮਾਂਜ ਹੀ ਦਿੱਤੇ ਸੀਗੇ ਸਾਰੇ, ਅਤੇ ਬਸ ਹੁਣ ਮੈਂ ਫਟਾਫਟ ਪਰੌਂਠੇ ਬਣਾ ਲਊਂਗੀ। ਨਾਲ ਭਾਈ ਥੋੜ੍ਹੀ ਜਿਹੀ ਭਿੰਡੀ ਦੀ ਸਬਜ਼ੀ ਪਈ ਹੈਗੀ ਹੈ। ਜਦੋਂ ਅਸੀਂ ਸਰ੍ਹੋਂ ਦੇ ਤੇਲ ਦੇ ਵਿੱਚ ਕੋਈ ਵੀ ਸਬਜ਼ੀ ਬਣਾ ਲੈਂਦੇ, ਜਲਦੀ ਜਲਦੀ ਖਰਾਬ ਨਹੀਂ ਹੁੰਦੀ, ਹੈ ਨਾ। ਅਤੇ ਕੋਈ ਵੀ ਸੁੱਕੀ ਸਬਜ਼ੀ ਹੁੰਦੀ ਨਾ, ਮੈਂ ਥੋੜ੍ਹੀ ਬਹੁਤੀ ਇਸ ਤਰ੍ਹਾਂ ਰੱਖ ਲੈਂਦੀ ਹੁੰਦੀ ਹਾਂ, 2-3 ਦਿਨ ਚੱਲ ਜਾਂਦੀ ਹੈ ਸੁੱਕੀ ਸਬਜ਼ੀ। ਤਰੀ ਵਾਲੀ ਸਬਜ਼ੀ ਦੇ ਵਿੱਚ ਫਰਕ ਪੈ ਜਾਂਦਾ ਹੈਗਾ, ਹੈ ਨਾ। ਜਿਹੜੀ ਸਰ੍ਹੋਂ ਦੇ ਤੇਲ ਦੇ ਵਿੱਚ ਬਣਾਉਂਦੇ ਨਾ ਚੀਜ਼, ਉਹ ਉਵੇਂ ਪਈ ਰਹਿੰਦੀ ਹੈ। ਅਤੇ ਕਿਸੇ ਟਾਈਮ ਦਾ ਸੁੱਕੀ ਸਬਜ਼ੀ ਮੈਂ ਰਾਤ ਨੂੰ ਜਿਵੇਂ ਦਾਲ ਥੋੜ੍ਹੀ ਬਹੁਤੀ ਬਣਦੀ ਉਦੋਂ ਬਣਾ ਕੇ ਰੱਖ ਲੈਂਦੀ ਹਾਂ, ਕਿਸੇ ਟਾਈਮ ਬਸ ਜਿਵੇਂ ਆਪਾਂ ਦੁਪਹਿਰੇ ਬਣਾਉਂਦੇ ਹਾਂ, ਇਸ ਤਰ੍ਹਾਂ ਹੀ ਮਤਲਬ ਚੱਲਦਾ ਰਹਿੰਦਾ ਹੈਗਾ, ਹੈ ਨਾ। ਘਰਾਂ ਦੇ ਵਿੱਚ ਕੰਮ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੁੰਦੀਆਂ। ਹੁਣ ਪਰੌਂਠੇ ਨਾ ਇਸ ਤਰ੍ਹਾਂ ਫੁੱਲ ਫੁੱਲ ਕੇ ਲੈਣਗੇ, ਤੁਸੀਂ ਦੇਖ ਲਿਓ, ਇੰਨੇ ਸਵਾਦ ਲੱਗਦੇ ਲੂਣ ਮਿਰਚਾਂ ਵਾਲੇ ਪਰੌਂਠੇ, ਅਤੇ ਨਾਲ ਚਾਹ ਬਣੀ ਜਾਂਦੀ। ਅੱਜ ਮੈਂ ਪੈਕਟ ਵਾਲੇ ਦੁੱਧ ਦੀ ਚਾਹ ਬਣਾਈ ਹੈ, ਅਤੇ ਮੈਂ ਅੱਜ ਦੁੱਧ ਵਾਲੇ ਭਾਅ ਜੀ ਨੂੰ ਫੋਨ ਕੀਤਾ ਸੀ, ਮੈਂ ਕਿਹਾ ਭਾਈ ਤੁਹਾਡਾ ਦੁੱਧ ਠੀਕ ਨਹੀਂ ਹੈਗਾ, ਅਤੇ ਮੈਂ ਇਸ ਮਹੀਨੇ ਬੰਦ ਕਰ ਦੂੰਗੀ ਜੇ ਨਾ ਸਹੀ ਆਇਆ ਤਾਂ। ਕਹਿੰਦੇ ਮਲਾਈ ਤਾਂ ਆਉਂਦੀ ਹੋਊਗੀ, ਮੈਂ ਕਿਹਾ ਮਲਾਈ ਵੀ ਨਹੀਂ ਆਉਂਦੀ, ਹੈ ਨਾ। ਅਤੇ ਪਹਿਲਾਂ ਬਹੁਤ ਜ਼ਿਆਦਾ ਮਲਾਈ ਆਉਂਦੀ ਸੀ, ਮੈਂ ਕਿਹਾ ਵੀਡੀਓ ਦੇ ਵਿੱਚ ਤੁਸੀਂ ਦੇਖ ਲਿਓ ਭਾਵੇਂ, ਹੈ ਨਾ। ਅਤੇ ਫਿਰ ਕਹਿੰਦੇ ਚੱਲ ਕੋਈ ਨਹੀਂ, ਹੁਣ ਤੁਸੀਂ ਮੈਨੂੰ ਦੱਸ ਤਾ, ਚਾਹ ਦਾ ਰੰਗ ਦੇਖ ਲਓ ਤੁਸੀਂ, ਲਾਲ ਲਾਲ ਚਾਹ ਬਣੀ ਹੈ, ਨਾਲ ਭਿੰਡੀ ਰੱਖਤੀ ਮੈਂ, ਅਤੇ ਨਾਲ ਆਪਾਂ ਪਰੌਂਠਾ ਰੱਖਤਾ। ਅਤੇ ਹੁਣ ਬਸ ਅਸੀਂ ਰੋਟੀ ਰੋਟੀ ਖਾ ਕੇ ਫਿਰ ਮਾਰਕੀਟ ਗਏ ਸੀ। ਓਕੇ ਜੀ, ਬਾਏ ਬਾਏ।